ਕਰੋਨਾ ਵਾਇਰਸ ਨੇ ਸਾਰੀ ਦੁਨੀਆ ਵਿੱਚ ਖੌਫ ਫੈਲਾ ਦਿੱਤਾ ਹੈ ਪਰ ਇਸ ਵਿੱਚ ਕੋਈ ਮਜ਼ਾਕ ਵਾਲੀ ਗੱਲ ਨਹੀਂ ਨਾ ਹੀ ਕੋਈ ਹੈਰਾਨੀ ਵਾਲੀ ਗੱਲ ਹੈ ਗੱਲ ਇਹ ਨਹੀਂ ਹੈ ਕਿ ਇਹਦਾ ਡਰ ਜਾਇਜ਼ ਹੈ ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਹੀ ਨਹੀਂ ਜੇ ਪਰ ਆਮ ਬੰਦੇ ਲਈ ਕੁਝ ਜ਼ਰੂਰੀ ਸਵਾਲ ਬੜੇ ਬੇਸਿਕ ਨੇ ਆਓ ਆਪਾਂ ਇਹੀ ਗੱਲਾਂ ਡਿਸਕਸ ਕਰ ਲਈਏ ਤਾਂ ਜੋ ਤੁਹਾਡੇ ਕੋਲ ਇੱਕ ਤਾਂ ਵਿਸ਼ਵਾਸਯੋਗ ਵੀਡੀਓ ਹੋਵੇ ਜਿਹੜਾ ਤੁਸੀਂ ਸ਼ੇਅਰ ਕਰ ਸਕੋ ਉਂਝ ਕਰੋਨਾ ਵਾਇਰਸ ਇੱਕ ਪੂਰਾ ਫੈਮਿਲੀ ਆਫ ਵਾਇਰਸਿਸ ਲਈ ਦਿੱਤਾ ਗਿਆ ਨਾਮ ਹੈ ਪਰ ਇਹ ਜਿਹੜਾ ਵਾਇਰਸ ਹੈ ਐਸੇ ਫੈਮਿਲੀ ਦਾ ਇਹ ਹੁਣੇ ਇਨਸਾਨਾਂ ਵਿੱਚ ਆਇਆ ਹੈ ਇਹਦਾ ਨਾਮ ਹੈ ਸੀਓਵੀਆਈਡੀ 19 ਮਤਲਬ ਕਰੋਨਾ ਵਾਇਰਸ ਡਿਜ਼ੀਜ਼ 2019 ਸ਼ੁਰੂਆਤ ਇਹਦੀ ਚੀਨ ਦੇ ਵੁਹਾਨ ਸ਼ਹਿਰ ਤੋਂ ਇੱਕ ਮੀਟ ਮਾਰਕੀਟ ਤੋਂ ਹੋਈ ਜਾਪਦੀ ਹੈ ਫਿਲਹਾਲ ਪੂਰੀ ਦੁਨੀਆ ਵਿੱਚ ਇਹ 70 ਮੁਲਕਾਂ ਵਿੱਚ ਪਹੁੰਚ ਚੁੱਕਾ ਹੈ ਤੇ 90000 ਤੋਂ ਜ਼ਿਆਦਾ ਕੇਸਸ ਨੇ 3000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਇਹਦੇ ਵਿੱਚੋਂ 90% ਤੋਂ ਵੱਧ ਕੇਸ ਇਕੱਲੇ ਚੀਨ ਵਿੱਚ ਨੇ ਤੇ ਮੌਤਾਂ ਵੀ ਭਾਰਤ ਵਿੱਚ ਹੁਣ ਤੱਕ 25 ਤੋਂ ਜ਼ਿਆਦਾ ਕੇਸਸ ਆ ਚੁੱਕੇ ਨੇ ਤੇ ਸਾਰੇ ਇੰਟਰਨੈਸ਼ਨਲ ਟਰੈਵਲਰਸ ਨੂੰ ਸਕੈਨ ਕੀਤਾ ਜਾ ਰਿਹਾ ਕਿ ਉਹਨਾਂ ਵਿੱਚ ਕੋਈ ਸਿੰਪਟਮ ਤਾਂ ਨਹੀਂ ਨਜ਼ਰ ਆ ਰਿਹਾ ਜੇ ਤੁਸੀਂ ਕਿਸੇ ਅਜਿਹੇ ਖੇਤਰ ਤੋਂ ਆਏ ਹੋ ਜਿੱਥੇ ਇਸ ਦਾ ਪ੍ਰਸਾਰ ਹੈ ਜਾਂ ਉੱਥੋਂ ਆਏ ਕਿਸੇ ਬੰਦੇ ਨਾਲ ਇਨ ਟੱਚ ਹੋ ਤਾਂ ਹੀ ਤੁਹਾਨੂੰ ਜ਼ਿਆਦਾ ਘਬਰਾਉਣ ਦੀ ਲੋੜ ਹੈ ਜੇ ਤੁਹਾਨੂੰ ਨਿਮੋਨੀਆ ਜਾਂ ਸਾਹ ਲੈਣ ਵਿੱਚ ਤਕਲੀਫ ਹੋਣ ਦੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਮਾਸਕ ਲਗਾਓ ਆਪਦੇ ਆਪ ਨੂੰ ਬਾਕੀਆਂ ਤੋਂ ਵੱਖਰਾ ਕਰ ਲਵੋ ਤਾਂ ਜੋ ਤੁਹਾਨੂੰ ਜੇ ਹੈ ਵੀ ਤਾਂ ਹੋਰਾਂ ਨੂੰ ਨਾ ਹੋ ਜਾਵੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਮੈਡੀਕਲ ਐਡਵਾਈਸ ਲਓ ਡਾਕਟਰ ਨੂੰ ਫੋਨ ਕਰੋ ਉਨੀ ਦੇਰ ਲਈ ਆਪਣੇ ਆਪ ਨੂੰ ਹੋਰਾਂ ਤੋਂ ਵੱਖ ਕਰ ਲਵੋ। ਵੈਸੇ ਕਰੋਨਾ ਵਾਇਰਸ ਦੇ 5 ਵਿੱਚੋਂ 4 ਮਰੀਜ਼ਾਂ ਨੂੰ ਕੁਝ ਖਾਸ ਨਹੀਂ ਹੋਣਾ। ਮੋٹے ਤੌਰ ਤੇ ਜੇ ਡੇਟਾ ਦੀ ਗੱਲ ਕਰੀਏ ਤਾਂ 80% ਲੋਕਾਂ ਨੂੰ ਮਾਈਲਡ ਸਿੰਪਟਮ ਹੋਣੇ ਆ। ਉਹਦੇ ਇਲਾਵਾ 14% ਲੋਕਾਂ ਨੂੰ ਸੀਰੀਅਸ ਸਿੰਪਟਮ ਮਤਲਬ ਕੁਝ ਜ਼ਿਆਦਾ ਤਕਲੀਫ ਹੋਣੀ ਹੈ ਤੇ ਸਿਰਫ 6% ਲੋਕੀ ਬਹੁਤ ਹੀ ਗੰਭੀਰ ਬਿਮਾਰ ਹੋਣਗੇ ਤੇ ਜੇ ਮੌਤ ਦੇ ਅੰਕੜੇ ਦੀ ਗੱਲ ਕਰੀਏ ਤਾਂ 2 ਤੋਂ 5% ਦੀ ਮਰੀਜ਼ਾਂ ਦੀ ਇਸ ਨਾਲ ਮੌਤ ਹੋਈ ਹੈ ਹੁਣ ਤੱਕ। ਹਾਲਾਂਕਿ WHO World Health Organization ਇਹ ਕਹਿ ਰਿਹਾ ਹੈ ਕਿ ਇਹ ਅੰਕੜਾ ਬਦਲ ਸਕਦਾ ਹੈ ਉਹਦੇ ਦੋ ਕਾਰਨ ਨੇ ਇੱਕ ਕਾਰਨ ਤਾਂ ਇਹ ਵੀ ਹਜ਼ਾਰਾਂ ਲੋਕਾਂ ਦਾ ਅਜੇ ਇਲਾਜ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਉਹਦੇ ਵਿੱਚੋਂ ਕਿੰਨੇ ਲੋਕ ਸਰਵਾਈਵ ਕਰਦੇ ਨੇ ਤੇ ਕਿੰਨੇ ਲੋਕ ਨਹੀਂ ਕਰ ਪਾਉਂਦੇ ਤੇ ਦੂਜਾ ਇਹ ਕਿ ਇਹਦੇ ਜਿਹੜੇ ਸਿੰਪਟਮ ਨੇ ਉਹ ਬਹੁਤ ਆਮ ਨੇ ਤਾਂ ਹੋ ਸਕਦਾ ਹੈ ਕੁਝ ਲੋਕਾਂ ਨੂੰ ਇਹ ਪਤਾ ਹੀ ਨਾ ਲੱਗੇ ਉਹ ਆਪਣੇ ਆਪ ਠੀਕ ਹੋ ਜਾਣ ਸਿਰਫ ਸਿੰਪਟਮ ਹੋਣ ਤੇ ਉਹ ਖਤਮ ਹੋ ਜਾਣ ਜੇ ਉਹਨਾਂ ਲੋਕਾਂ ਦੀ ਗਿਣਤੀ ਇਹਦੇ ਵਿੱਚ ਕਰੋਗੇ ਤਾਂ ਪਰਸੈਂਟੇਜ ਵਾਈਜ਼ ਜਿਹੜਾ ਅੰਕੜਾ ਹੈ ਉਹ ਹੇਠਾਂ ਵੀ ਆ ਸਕਦਾ ਹੈ ਪਰ ਇਹਦੇ ਵਿੱਚ ਉਮਰ ਦਾ ਵੀ ਇੱਕ ਰੋਲ ਹੈ 60 ਤੇ ਇਸ ਤੋਂ ਵੱਧ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਜੇ ਹੋ ਜਾਵੇ ਤਾਂ ਮੌਤ ਦਾ ਖਤਰਾ 15% ਤੱਕ ਪਹੁੰਚ ਜਾਂਦਾ ਹੈ ਪਰ ਜੇ ਤੁਹਾਡੀ ਉਮਰ 30 ਤੋਂ ਘੱਟ ਹੈ ਤਾਂ 0.2% ਚਾਂਸ ਹੈ ਕਿ ਤੁਹਾਡੀ ਮੌਤ ਹੋ ਜਾਏਗੀ ਮਤਲਬ ਹਰ 5000 ਮਰੀਜ਼ਾਂ ਮਗਰ 10 ਲੋਕਾਂ ਦੀ ਮੌਤ ਫਿਲਹਾਲ ਇਸ ਦਾ ਕਿਸੇ ਵੀ ਮੈਡੀਕਲ ਸਾਇੰਸ 'ਚ ਕੋਈ ਇਲਾਜ ਨਹੀਂ ਹੈ ਪਰ ਡਾਕਟਰ ਇਹ ਕਰਦੇ ਨੇ ਕਿ ਜੇ ਤੁਹਾਨੂੰ ਕਰੋਨਾ ਵਾਇਰਸ ਹੋ ਜਾਂਦਾ ਹੈ ਤਾਂ ਤੁਹਾਨੂੰ ਵੱਖਰਾ ਰੱਖਿਆ ਜਾਂਦਾ ਹੈ ਕੋਸ ਦੇ ਲਾਵਾ ਤੁਹਾਨੂੰ ਆਕਸੀਜਨ ਦਿੱਤੀ ਜਾਂਦੀ ਹੈ ਕਿਉਂਕਿ ਇਹਦਾ ਅਸਰ ਮੇਨਲੀ ਤੁਹਾਡੇ ਫੇਫੜਿਆਂ ਤੇ ਹੈ ਆਕਸੀਜਨ ਦੀ ਘਾਟ ਕਰਕੇ ਬਾਅਦ ਵਿੱਚ ਹੋਰ ਆਰਗਨਸ ਤੇ ਅਸਰ ਜ਼ਰੂਰ ਪੈ ਸਕਦਾ ਹੈ ਪਰ ਡਾਇਰੈਕਟ ਇਫੈਕਟ ਹੁਣ ਤੱਕ ਸਿਰਫ ਲੰਗਸ ਮਤਲਬ ਫੇਫੜਿਆਂ ਤੇ ਹੀ ਨਜ਼ਰ ਆਇਆ ਹੈ 14 ਦਿਨ ਦੀ ਆਬਜ਼ਰਵੇਸ਼ਨ ਇਸ ਦੇ ਵਿੱਚ ਮੇਨ ਹੈ ਤੁਸੀਂ ਐਲਕੋਹਲ ਬੇਸਡ ਸੈਨੀਟਾਈਜ਼ਰ ਜ਼ਰੂਰ ਵਰਤੋ ਆਪਣੇ ਹੱਥ ਨੂੰ ਸਾਬਣ ਨਾਲ 2-3 ਵਾਰੀ ਦਿਨ ਚ ਘੱਟੋ-ਘੱਟ ਧੋਵੋ ਜੇ ਤੁਹਾਨੂੰ ਇਸ ਦੇ ਲੱਛਣ ਆਪ ਦੇ ਆਪ ਚ ਦਿਖ ਰਹੇ ਨੇ ਤਾਂ ਹੀ ਮਾਸਕ ਲਗਾਓ ਤਾਂਕਿ ਹੋਰਾਂ ਨੂੰ ਇਹ ਇਨਫੈਕਸ਼ਨ ਤੁਸੀਂ ਨਾ ਦੇ ਸਕੋ ਉਂਝ 마스크 ਲਾਉਣ ਦਾ ਸਭ ਤੋਂ ਨੁਕਸਾਨ ਹੋ ਸਕਦਾ ਹੈ ਕਿਉਂਕਿ 마스크 ਅੰਦਰੋਂ ਗਿੱਲੇ ਹੋ ਜਾਂਦੇ ਨੇ ਤੇ ਉਹਦੇ ਨਾਲ ਕਿਟਾਣੂ ਪੈਦਾ ਹੋ ਸਕਦੇ ਨੇ ਡਾਕਟਰ ਇਹ ਵੀ ਕਹਿ ਰਹੇ ਨੇ ਕਿ ਬਹੁਤ ਸਾਰੇ ਕੇਸਿਸ ਇਹ ਵੀ ਨੇ ਕਿ ਸਰਫੇਸ ਦੇ ਉੱਤੇ ਵਾਇਰਸ ਪਿਆ ਸੀ ਤੇ ਉਹਨੂੰ ਹੱਥ ਲਾ ਕੇ ਤੁਸੀਂ ਆਪਣੇ ਨੱਕ ਮੂੰਹ ਨੂੰ ਲਾ ਲਿਆ ਤੇ ਉੱਥੋਂ ਹੋ ਗਿਆ ਤੇ ਇਸ ਲਈ ਤੁਸੀਂ ਕਿਸੇ ਚੀਜ਼ ਨੂੰ ਜੇ ਹੱਥ ਲਾਉਂਦੇ ਹੋ ਉਸ ਤੋਂ ਬਾਅਦ ਹੱਥ ਜ਼ਰੂਰ ਧੋਵੋ ਪਰ ਉਂਝ ਦਹਿਸ਼ਤ ਵਿੱਚ ਨਾ ਜਿਓ ਡਰੋ ਤਾਂ ਹੀ ਜੇ ਇਫੈਕਟਿਡ ਇਲਾਕਿਆਂ ਨਾਲ ਤੁਹਾਡਾ ਕੋਈ ਨਾ ਕੋਈ ਸੰਪਰਕ ਰਿਹਾ ਹੈ ਪਰ ਡਰ ਬਹੁਤ ਜ਼ਿਆਦਾ ਹੈ ਇਸ ਲਈ ਬਹੁਤ ਸਾਰੀ ਜਾਣਕਾਰੀ WhatsApp ਵਗੈਰਾ ਤੇ ਉੰਜੀ ਤੋਰੀ ਫਿਰਦੀ ਹੈ ਗੱਲ ਇਹ ਨਹੀਂ ਹੈ ਕਿ ਇਹਦਾ ਹੋਮੀਓਪੈਥੀ ਜਾਂ ਦੇਸੀ ਦਵਾਈਆਂ ਵਿੱਚ ਵੀ ਕੋਈ ਇਲਾਜ ਨਹੀਂ ਚਾਈਨੀਜ਼ ਖਾਣੇ ਨਾਲੇ ਦਾ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਪਾਲਤੂ ਜਾਨਵਰ ਦੇ ਕੈਰੀਅਰ ਨਹੀਂ ਉੰਜ ਡਾਕਟਰਸ ਕਾਮਨ ਸੈਂਸ ਨੂੰ ਅੰਡਰਲਾਈਨ ਕਰ ਰਹੇ ਨੇ ਕਿ ਜੇ ਤੁਹਾਡੇ ਚ ਸਿੰਪਟਮ ਨੇ ਤਾਂ ਖੁਦ ਨੂੰ ਬਾਕੀਆਂ ਤੋਂ ਜ਼ਰਾ ਵੱਖ ਕਰ ਲਵੋ ਤਾਂ ਕਿ ਇਹ ਫੈਲੇ ਨਾ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਇਲਾਜ ਨਹੀਂ ਹੈ ਤਾਂ ਇਹ ਮੌਤ ਦਾ ਫਰਮਾਨ ਹੈ